ਬਾਪੂ ਜੀ, ਮੈਂ ਵੀ ਇਸ ਤਰ੍ਹਾਂ ਸਿਰ ਉੱਤੇ ਕੱਪੜਾ ਬੰਨ ਸਕਦਾ। ਪੁੱਤਰ ਕਿਉਂ ਨਹੀਂ, ਆ ਜਾ ਮੈਂ ਤੈਨੂੰ ਸਮਝਾਵਾਂ। ਪੁੱਤਰ, ਇਸ ਨੂੰ ਦਸਤਾਰ ਆਖਦੇ ਆ, ਪਟਕਾ ਜੋ ਤੁਸੀਂ ਬੰਨ ਰੱਖਿਆ। ਦਸਤਾਰ 5-7 ਮੀਟਰ ਲੰਮੇ ਕੱਪੜੇ ਦੀ ਬੰਨੀ ਜਾਂਦੀ ਆ। ਗੁਰੂ ਦੀਆਂ ਲਾਡਲੀਆਂ ਫੌਜਾਂ ਤਾਂ 40-50 ਮੀਟਰ ਲੰਮੇ ਕੱਪੜੇ ਦੀ ਦਸਤਾਰਾਂ ਸਜਾਉਂਦੀਆਂ ਨੇ। ਪਰ ਬਾਪੂ ਜੀ, ਇਸ ਦਸਤਾਰ ਦਾ ਕੀ ਫਾਇਦਾ? ਪੁੱਤਰ, ਗੱਲ ਕੱਪੜੇ ਦੀ ਨਹੀਂ, ਇਹ ਸਾਡੀ ਸੁਰੱਖਿਆ ਵੀ ਕਰਦੀਆਂ ਨੇ। ਤੁਸੀਂ ਦੱਸੋ ਭਲਾ, ਅਸੀਂ ਮੋਟਰਸਾਈਕਲ 'ਤੇ ਚੜ੍ਹਨ ਲੱਗੇ ਹੈਲਮਟ ਕਿਉਂ ਪਾਉਂਦੇ ਹਾਂ? ਸੁਰੱਖਿਆ ਵਾਸਤੇ। ਇਸ ਤਰ੍ਹਾਂ ਇਹ ਸਾਡੀ ਸੁਰੱਖਿਆ ਵੀ ਕਰਦੀ ਆ। ਇਹ ਸਾਡੇ ਸਿਰ ਦਾ ਤਾਜ ਆ, ਸਾਡੀ ਇੱਜ਼ਤ ਦਾ ਪ੍ਰਤੀਕ, ਇਹ ਸਾਡੀ ਆਨ ਅਤੇ ਸ਼ਾਨ ਆ। ਇਸਨੇ ਬੜੀਆਂ ਇੱਜ਼ਤਾਂ ਵੀ ਕੱਜੀਆਂ ਨੇ। ਸਾਡੇ ਸਿੰਘ ਸ਼ਹੀਦ ਹੋ ਗਏ ਪਰ ਉਹਨਾਂ ਨੇ ਦਸਤਾਰ ਨਹੀਂ ਉਤਾਰੀ, ਅਤੇ ਨਾ ਹੀ ਉਹਨਾਂ ਨੇ ਕੇਸ ਕਤਲ ਕਰਾਏ। ਇਸੇ ਕਰਕੇ ਪੁੱਤਰ ਜੀ, ਸਾਡੀ ਜੱਗ ਵਿੱਚ ਸਰਦਾਰੀ ਆ। ਇਸੇ ਕਰਕੇ ਤਾਂ ਸਾਨੂੰ ਕਹਿੰਦੇ ਆ ਸਰਦਾਰ ਜੀ। ਯਾਨੀ ਕਿ ਜੇ ਮੈਂ ਦਸਤਾਰ ਸਜਾਵਾਂ ਤਾਂ ਮੈਨੂੰ ਵੀ ਕਹਿਣਗੇ ਸਰਦਾਰ ਬਲ ਪਿਆਰ ਸਿੰਘ? ਬਿਲਕੁਲ ਪੁੱਤਰ। ਪਰ ਬਾਪੂ ਜੀ, ਕੁਛ ਲੋਕ ਤਾਂ ਦਸਤਾਰ ਸਜਾਉਂਦੇ ਹੀ ਨਹੀਂ। ਗਿਆਨ ਦੀ ਘਾਟ ਆ ਸਾਡੇ ਲੋਕਾਂ ਨੂੰ ਦਰਅਸਲ ਪੁੱਤਰ। ਪਹਿਲਾਂ ਸਾਰੇ ਲੋਕ ਦਸਤਾਰਾਂ ਸਜਾਉਂਦੇ ਸੀ, ਕੁਝ ਸਾਡੇ ਆਪਣਿਆਂ ਦੀ ਵੀ ਘਾਟ ਏ। ਸਰੂਪੇ ਬੰਨ ਕੇ ਅਸੀਂ ਆਪਣੀ ਦਸਤਾਰਾਂ ਦੀ ਅਹਿਮੀਅਤ ਨੂੰ ਵੀ ਘਟਾ ਦਿੱਤਾ। ਮੈਂ ਵੀ ਦਸਤਾਰ ਸਜਾਵਾਂਗਾ। ਸਵੇਰੇ ਸਵੇਰੇ ਕਿਉਂ ਮੇਰੇ ਪੁੱਤਰ ਦੀ ਕਲਾਸ ਲਾਈ ਆ? ਖੇਡ ਲੈਣ ਦਿਓ ਇਹਨੂੰ। ਆ ਗਿਆ ਗੱਗੂ ਤੂੰ? ਮਾਰ ਮਾਰ ਇਹਨੂੰ ਵੀ ਮਾਰ, ਮੈਨੂੰ ਵੀ ਦੇ ਦੇ ਯਾਰ। ਲਿਆ ਮੈਨੂੰ ਦੇ, ਮੈਂ ਮਰਦਾ। ਆ ਦੇ ਇੱਧਰ ਆ ਗਿਆ। ਬਲ ਪਿਆਰ ਕੀ ਕਰਦਾ, ਗੱਡੀ ਜੋੜਦਾ। ਆ ਲੈ, ਹੋ ਗਈ ਠੀਕ। ਹੋਰ ਗੱਗੂ ਕਿਵੇਂ ਆ? ਮੈਂ ਠੀਕ ਹਾਂ, ਤੂੰ ਦੱਸ। ਓਏ, ਆਹ ਕਲੀ ਤੈਨੂੰ ਕਿਹਨੇ ਲਿਆ ਕੇ ਦਿੱਤੀ? ਮੇਰੇ ਬਾਪੂ ਨੇ ਮੇਰੇ ਲਈ। ਤੈਨੂੰ ਪਸੰਦ ਆ? ਹਾਂ ਹਾਂ, ਬਹੁਤ ਵਧੀਆ। ਫੇਰ ਕੀ, ਬੰਨ ਲਾ। ਲਿਆ ਮੈਂ ਬੰਨਾ। ਵਾਹਿਗੁਰੂ ਜੀ। ਉਹ ਵੱਲੇ ਗੁਰਬਖਸ਼ਾ, ਕੀ ਹਾਲ ਆ? ਠੀਕ ਆ ਜਮੇਰਸਿਆ। ਉਹ ਹੋਰ ਬਾਲ ਬੱਚਾ ਕਿੱਦਾਂ? ਬਾਲ ਬੱਚੇ ਠੀਕ ਆ, ਤੂੰ ਸੁਣਾ ਤੇਰੇ ਬਾਲ ਬੱਚੇ ਕਿਵੇਂ ਆ? ਮੈਂ ਸੁਣਿਆ ਗੱਗੂ ਨੇ ਬਾਲ ਕਟਵਾ ਤੇ। ਉਹ ਯਾਰ, ਗੱਗੂ ਦਾ ਕੀ ਦੱਸੀਏ ਤੈਨੂੰ ਵੀਰੇ, ਭੁੰਜੇ ਲਾਤਾ ਉਹਨੇ ਤਾਂ। ਬਸ ਫਸੇ ਬੈਠੇ ਹਾਂ ਵੀਰੇ, ਲੜਾਈ ਝਗੜਾ, ਕਦੇ MLA ਦੇ ਕਦੇ ਥਾਣੇ। ਅਸੀਂ ਤਾਂ ਉਹਨੂੰ ਬੇਦਖਲ ਕਰਤਾ ਵੀਰੇ। ਚਲੋ ਬਾਬਾ ਜੀ ਭਲੀ ਕਰਨਗੇ, ਹੈ ਨਾ? ਪਰਮਾਤਮਾ 'ਤੇ ਭਰੋਸਾ ਵੀਰੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਗੱਲ ਬਾਪੂ, ਬੜਾ ਪਰੇਸ਼ਾਨ ਲੱਗਦਾ। ਤੈਨੂੰ ਪਤਾ ਨਹੀਂ ਗੱਗੂ ਨੇ ਬਾਲ ਕਟਾਤੇ? ਹਾਂ ਬਾਪੂ, ਮੈਨੂੰ ਵੀ ਮਿਲਿਆ ਸੀ। ਮੈਂ ਤਾਂ ਮੁਕਾ ਦਿੱਤਾ ਸਾਹਿਬ, ਸਾਰੇ ਰਿਸ਼ਤੇ ਤੋੜ ਦਿੱਤੇ। ਅੱਜ ਹੀ ਗੱਗੂ ਦਾ ਪਿਓ ਮੈਨੂੰ ਗੁਰਦੁਆਰੇ ਮਿਲਿਆ ਸੀ।
ਬੜਾ ਦਾਸ ਸੀ ਵਿਚਾਰਾ, ਉਹਨੇ ਗੱਗੂ ਨੂੰ ਬੇਦਖਲ ਕਰਤਾ। ਕੋਈ ਗੱਲ ਨਹੀਂ ਬਾਪੂ, ਵਾਹਿਗੁਰੂ ਉਹਨੂੰ ਸਮੱਤ ਬਖਸ਼ੇ। ਚੱਲ ਠੀਕ ਆ ਬਾਪੂ, ਮੈਂ ਗੁਰਮੁਖ ਕੋਲ ਜਾਵਾਂ। ਚੰਗਾ ਨਹੀਂ ਕੀਤਾ ਤੂੰ SSP ਦੇ ਗਵਾਹੀ ਦੇ ਕੇ। ਇੱਕ ਤਾਂ ਮੇਰੇ ਮਾਲ ਦੇ ਪੈਸੇ ਨਹੀਂ ਦਿੱਤੇ, ਉੱਤੋਂ ਮੇਰੇ ਖਿਲਾਫ ਗਵਾਹੀ ਦਿੰਦਾ, ਐਂ ਬਚੇਗਾ ਤੂੰ? ਜਨਾਬ ਕਾਹਨੂੰ ਗੋਲੀ ਮਾਰ ਦਿਓ, ਪੈਸੇ ਵੀ ਆ ਜਾਣਗੇ। ਨਹੀਂ ਨਹੀਂ, ਹੁਣ ਤਾਂ ਇਹਦੀ ਗਲਤੀ ਦੀ ਸਜ਼ਾ ਇਹਨੂੰ ਜ਼ਰੂਰ ਮਿਲੂਗੀ। ਵਿੱਕੀ, ਗੱਗੂ ਨੂੰ ਕਹਿ ਦੇਵੀਂ ਮੇਰੇ ਪੈਸੇ ਦੇ ਜਾਵੇ, ਉਨੀ ਦੇਰ ਅਗਲਾ ਸਮਾਨ ਨਹੀਂ ਮਿਲਣਾ ਜਿੰਨੀ ਦੇਰ ਪਿਛਲੇ ਪੈਸੇ ਨਹੀਂ ਦਿੰਦਾ। ਕਿਤੇ ਇਹ ਨਾ ਹੋਵੇ ਇਹਦੇ ਵਾਲਾ ਹੀ ਹਸ਼ਰ ਹੋਵੇ। ਪਾਲੀ ਜੀ, ਇਹਦੀ ਲਾਸ਼ ਨੂੰ ਟਿਕਾਣੇ ਲਾਓ। ਠੀਕ ਆ ਜੀ। ਲਿਆ ਵੀ ਬੰਟੀ। ਲੈ ਵੀ ਬੰਟੀ, ਕੱਟ ਰਾਈ ਦੇਖ, ਬੜੀ ਮਹਿੰਗੀ ਚੀਜ਼ ਆ। ਲੈ ਵੀ ਮਿੱਤਰਾ, ਤੂੰ ਵੀ ਕੱਟ ਰਾਈ। ਲੈ ਵੀ ਬਾਈ, ਆ ਵੀ ਕਹਿੰਦੇ ਆ। ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਬਾਈ, ਸਤਿ ਸ੍ਰੀ ਅਕਾਲ। ਲੈ ਬਾਈ ਦੇਖ, ਟਰਾਈ ਕਰਕੇ ਨਾਲੇ ਕੰਮ 'ਚ ਚਿੱਤ ਲੱਗਿਆ ਰਹੂ। ਬੜਾ ਘੈਂਟ ਆ ਬਾਈ ਮਾਲ ਸਿਰੇ ਆ, ਮਹਿੰਗਾ, ਬੜੀ ਦੂਰੋਂ ਮੰਗਾਇਆ। ਉਹ ਬੰਟੀ, ਲੱਗਦਾ ਸਰਦਾਰ ਦੇ ਬਾਹਲੇ ਪਰ ਨਿਕਲਿਆ ਏ, ਇਹਦਾ ਕੁਛ ਕਰਨਾ ਪਊ। ਹਾਂ ਬਾਈ, ਮੈਨੂੰ ਵੀ ਲੱਗਦਾ ਇਸ ਵਾਰ ਪ੍ਰਧਾਨਗੀ ਲਈ ਆਪਣਾ ਇਹਦੇ ਨਾਲ ਰੱਫੜ ਜ਼ਰੂਰ ਪਊ। ਚੱਲ ਦੇਖਦੇ ਹਾਂ, ਤੂੰ ਐਂ ਕਰ MLA ਨੂੰ ਫੋਨ ਲਾ। ਜੀ ਬਾਈ। ਲੈ ਬਾਈ। ਸਾਹਿਬ ਜੀ, ਸਤਿ ਸ੍ਰੀ ਅਕਾਲ। ਸਪਲਾਈ ਠੀਕ ਆ ਜੀ। ਆਹ ਸਰਦਾਰ ਐਂ ਲੱਗਦਾ ਜਿਵੇਂ ਆਪਣੇ ਨਾਲ ਕਾਲਜ ਦੀ ਪ੍ਰਧਾਨਗੀ ਵਿੱਚ ਟੰਗ ਅੜਾਊ। ਜੀ ਠੀਕ ਹੈ MLA ਸਾਹਿਬ। ਲਓ ਵੀ ਮੁੰਡਿਓ, ਉਧਰੋਂ ਤਾਂ ਹੋ ਗਈ ਹਰੀ ਝੰਡੀ, ਹੁਣ ਕੱਲ੍ਹ ਵੇਖਦੇ ਹਾਂ। Hi, Pinky. How are you? Chalo. Ki hoya bhai? ਲਓ ਕੌਫੀ ਯਾਰ, ਚੱਕੋ। ਇਹ ਲਓ, ਕਰਤਾ ਮੈਸੇਜ ਪੰਜਾਬੀ ਵਾਲੇ ਪ੍ਰੋਫੈਸਰ ਨੂੰ, ਲੱਗੀ ਤੁਹਾਡੀ ਸਾਰਿਆਂ ਦੀ ਅਟੈਂਡੈਂਸ। ਕੌਫੀ ਦਾ ਮਜ਼ਾ ਲਓ ਯਾਰ, ਚਿਲ ਮਾਰੋ, ਟੈਂਸ਼ਨ ਕਾਹਦੀ ਹੈ ਯਾਰ। ਵੈਸੇ ਵੀ ਪੰਜਾਬੀ 'ਚ ਪੜ੍ਹਨ ਵਾਲਾ ਹੈ ਵੀ ਕੀ, ਸਟੈਂਡਰਡ ਤਾਂ ਨਾ ਇੰਗਲਿਸ਼ ਦਾ ਹੀ ਆ। And you know,
ਇੰਗਲਿਸ਼ ਤਾਂ ਪੜ੍ਹਾਉਣੀ ਆਪਾਂ ਗੋਰਿਆਂ ਨੂੰ ਜਾ ਕੇ, ਪੰਜਾਬੀ ਥੋੜੋ। ਸੋ ਚੱਲ ਛੱਡ ਯਾਰ, ਡੈਡ ਦਾ ਬਿਜ਼ਨਸ ਇੱਥੇ ਸੈੱਟ ਆ, ਆਪਾਂ ਤਾਂ ਬਸ ਇੰਗਲਿਸ਼ ਹੀ ਬੋਲਣੀ ਆ, ਅਤੇ ਉਹ ਵੀ ਇੰਗਲੈਂਡ 'ਚ ਜਾ ਕੇ। ਉਹ ਯਾਰ ਪ੍ਰੀਤੀ ਡਿਪਟੀ ਤੇਰਾ ਨੰਬਰ ਮੰਗਦਾ ਸੀ। ਉਹਨੂੰ ਕਹੀਂ ਕਿ ਡਿਪਟੀ ਤੂੰ ਹੋਏਗਾ ਆਪਣੀ ਮਾਂ ਦਾ, ਪ੍ਰੀਤੀ ਨੇ ਤਾਂ ਤੈਨੂੰ ਆਪਣੇ ਘਰ ਦਾ ਚਪੜਾਸੀ ਵੀ ਨਹੀਂ ਰੱਖਣਾ। ਐਂਡ ਯੂ ਨੋ ਵੈਲ ਯਾਰ, ਆਈ ਡੋਂਟ ਲਾਈਕ ਟਰਬਨ। ਓਏ ਗਲਮਾ ਕਿਵੇਂ ਫੜਦਾ ਤੂੰ, ਹੁਣ ਬੋਲ ਗਲਮਾ ਕਿਵੇਂ ਫੜਿਆ, ਗਲਮਾ ਛੱਡ ਛੱਡ ਗਲਮਾ। ਤੁਹਾਡਾ ਕੀ ਵੱਟਦਾ ਰੌਲਾ, ਜੇ ਲੜਨਾ ਹੀ ਹੈ ਤੇ ਜ਼ੁਲਮ ਦੇ ਖਿਲਾਫ ਲੜੋ। ਇਹਨੂੰ ਵਿਦਿਆ ਦਾ ਮੰਦਰ ਰਹਿਣ ਦਿਓ, ਇਹਨੂੰ ਜੰਗ ਦਾ ਮੈਦਾਨ ਨਾ ਬਣਾਓ। ਚੰਗੀਆਂ ਕਿਤਾਬਾਂ ਪੜ੍ਹੋ, ਯੋਧਿਆਂ ਦੀਆਂ, ਸੂਰਬੀਰਾਂ ਦੀਆਂ, ਸ਼ਹੀਦਾਂ ਦੀਆਂ, ਤੇ ਨਾਲੇ ਜੇ ਬਹੁਤਾ ਹੀ ਖੂਨ ਖੌਲਦਾ ਹੈ ਨਾ ਤਾਂ ਆਪਣੇ ਆਲੇ ਦੁਆਲੇ ਝਾਤੀ ਮਾਰ ਲਓ। ਜਿੱਥੇ ਕਿਤੇ ਧੱਕਾ ਹੁੰਦਾ ਨਾ ਉੱਥੇ ਜ਼ੋਰ ਦਿਖਾਈਦਾ, ਨਾਲੇ ਜਿੱਥੇ ਧੱਕਾ ਹੋਵੇ ਨਾ ਉੱਥੇ ਸਾਨੂੰ ਵੀ ਆਵਾਜ਼ ਮਾਰ ਲਿਓ। ਤਾਕਤ ਇੱਕ ਦੂਜੇ ਨਾਲ ਭਿੜਨ ਵਾਸਤੇ ਨਹੀਂ, ਬਚਾ ਕੇ ਰੱਖੋ, ਕੰਮ ਆਵੇਗੀ ਆਪਣੀ ਰੱਖਿਆ ਲਈ ਤੇ ਜ਼ੁਲਮ ਦੇ ਖਿਲਾਫ ਵਰਤਣ ਲਈ। ਤੁਸੀਂ ਤਾਂ ਸਾਡੀਆਂ ਅੱਖਾਂ ਖੋਲ੍ਹਤੀਆਂ ਬਾਈ, ਅਸੀਂ ਤਾਂ ਐਵੇਂ ਲੜੀ ਜਾਂਦੇ ਸੀ। ਚਲੋ ਵੀ ਫਿਰ ਕਲਾਸ। ਹਾਂਜੀ ਬਾਈ ਜੀ, ਇਹਨੂੰ ਮੈਂ ਲੈ ਕੇ ਚੱਲਦਾ ਕਲਾਸ, ਚੱਲ ਵੀ। ਚਲੋ ਬਾਈ ਜੀ ਆਪਾਂ ਵੀ ਚੱਲੀਏ। ਚੱਲ ਸਾਥੀਓ, ਜੋ ਜੋ ਇਸ ਕਾਲਜ 'ਚ ਹੋਇਆ ਉਹ ਚੰਗਾ ਨਹੀਂ ਹੋਇਆ, ਇਹ ਤੁਸੀਂ ਵੀ ਜਾਣਦੇ ਹੋ। ਆਪਸੀ ਰੰਜਿਸ਼ ਨੂੰ ਲੈ ਕੇ ਜਿਹੜੀਆਂ ਲੜਾਈਆਂ ਹੋਈਆਂ ਉਹਦੇ ਬਾਰੇ ਭਾਈ ਬਲ ਪਿਆਰ ਸਿੰਘ ਜੀ ਤੁਹਾਡੇ ਨਾਲ ਆਪਣੀ ਗੱਲਬਾਤ ਰੱਖਣਗੇ। ਆਸ ਕਰਦਾ ਤੁਸੀਂ ਬੜੇ ਧਿਆਨ ਨਾਲ ਸੁਣੋਗੇ। ਵੀਰੋ, ਗੱਲ ਮੇਰੀ ਗੌਰ ਨਾਲ ਸੁਣਿਓ, ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਇਹ ਕਾਲਜ ਕਾਹਦੇ ਵਾਸਤੇ ਹੈ? ਇਹ ਕਾਲਜ ਵਿੱਦਿਆ ਵਾਸਤੇ ਹੈ। ਜਿੱਥੇ ਤੁਸੀਂ ਪੜ੍ਹਨ ਵਾਸਤੇ ਆਉਂਦੇ ਹੋ, ਇੱਥੇ ਉੱਚੀਆਂ ਨੈਤਿਕ ਕਦਰਾਂ ਕੀਮਤਾਂ ਸਿੱਖਣ ਵਾਸਤੇ ਆਉਂਦੇ ਹੋ, ਚੰਗੀ ਸਿੱਖਿਆ ਲੈਣ ਵਾਸਤੇ ਆਉਂਦੇ ਹੋ, ਪਰ ਇਸ ਕਾਲਜ ਦੇ ਵਿੱਚ ਅੱਜ ਜੋ ਹੋਇਆ, ਜੋ ਅਸੀਂ ਨਿੱਜੀ ਰੰਜਿਸ਼ਾਂ ਕਰਕੇ ਮਾਹੌਲ ਸਿਰਜਿਆ, ਉਹ ਬਹੁਤ ਗਲਤ ਹੋਇਆ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਕਰਦਾ, ਸਾਡੀ ਜੰਗ ਨਸ਼ਿਆਂ ਦੇ ਖਿਲਾਫ ਹੈ, ਸਾਡੀ ਜੰਗ ਬੁਰਿਆਈ ਦੇ ਖਿਲਾਫ ਹੈ, ਪਰ ਅਸੀਂ ਤਾਂ ਇਹਨਾਂ ਸਮੱਸਿਆਵਾਂ ਨਾਲ ਨਜਿੱਠ ਸਕਦੇ ਹਾਂ ਜੇ ਅਸੀਂ ਗੁਰੂ ਸਾਹਿਬਾਨਾਂ ਦੇ ਉੱਚੇ ਆਦਰਸ਼ਾਂ ਨੂੰ ਫੋਲੋ ਕਰੀਏ, ਜੇ ਅਸੀਂ ਉਹਨਾਂ ਦੀਆਂ ਸਿੱਖਿਆਵਾਂ 'ਤੇ ਚੱਲਾਂਗੇ। ਸੋ ਅਸੀਂ ਜ਼ੁਲਮ ਕਰਨ ਵਾਲਿਆਂ ਦੇ ਨਾਲ, ਲੜਕੀਆਂ ਨੂੰ ਨਾਜਾਇਜ਼ ਤੰਗ ਕਰਨ ਵਾਲਿਆਂ ਦੇ ਨਾਲ ਸਖ਼ਤੀ ਨਾਲ ਨਜਿੱਠਾਂਗੇ। ਸੋ ਅਸੀਂ ਉਹਨਾਂ ਯੋਧਿਆਂ ਦੀਆਂ, ਉਹਨਾਂ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਉਣਾ ਹੈ। ਸੋ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਨੂੰ ਜ਼ਰੂਰ ਪੜ੍ਹਿਓ, ਯੂਥ ਫੈਸਟੀਵਲ ਵਿੱਚ ਭਾਗ ਲਿਓ, ਸੱਭਿਆਚਾਰ ਨਾਲ ਜੁੜ ਕੇ ਰਹੋ। ਮੈਂ ਬੇਨਤੀ ਕਰਦਾ, ਹਰੀ ਸਿੰਘ ਨਲੂਏ ਦਾ ਜੀਵਨ, ਉਹ ਇਤਿਹਾਸਕ ਗਾਥਾਵਾਂ ਜ਼ਰੂਰ ਪੜ੍ਹਿਓ ਵੀਰੋ, ਜਿਹੜਾ ਤੁਹਾਡਾ ਜੀਵਨ ਬਦਲਣਗੀਆਂ, ਤੁਹਾਨੂੰ ਉੱਚੀਆਂ ਨੈਤਿਕ ਕਦਰਾਂ ਕੀਮਤਾਂ ਸਿਖਾ ਦੇਣਗੀਆਂ। ਸੋ ਮੈਂ ਇਹ ਤਾਕੀਦ ਕਰਦਾ, ਇਹ ਬੇਨਤੀ ਕਰਦਾ ਆਪਣੇ ਨੌਜਵਾਨ ਵੀਰਾਂ ਭੈਣਾਂ ਨੂੰ, ਸਾਡੇ ਰੋਲ ਮਾਡਲ ਹਰੀ ਸਿੰਘ ਨਲੂਏ ਵਰਗੇ ਸੂਰਬੀਰ ਨੇ, ਨਾ ਕਿ ਆ ਲੱਚਰ ਗਾਉਣ ਵਾਲੇ। ਸੋ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਿਓ। ਧੰਨਵਾਦ, ਸਤਿ ਸ਼੍ਰੀ ਅਕਾਲ। ਬਾਈ, ਮੈਂ ਇੱਕ ਗੱਲ ਕਰਨੀ ਸੀ। ਗੱਗੂ ਨੇ ਇਸ ਵਾਰ ਪ੍ਰਧਾਨਗੀ ਦਾ ਐਲਾਨ ਕੀਤਾ। ਸਾਨੂੰ ਇਹਦਾ ਕੀ ਦੁੱਖ ਹੈ ਗੁਰਮੁਖਾ,
हाँ जे साडे काम च डिक्का बनू फिर वेखांगे। एक बार समझा दी उन्हूं। भाई मैं कहा सी कि कुड़िया नूं नजायज तंग ना कर। अगो कहिंदा तूं किहड़ा रखड़ी बनाउणी आ, नाले कहिंदा कल मैं प्रधानगी दे पोस्टर लाने आ, जिहदे विच हिम्मत है देख लियो। कोई गल नहीं गुरमुखा, पानी तां पुड़ां दे हेठों ही लंघना, अज नहीं ते कल उन्हें साडे डिक्के आ ही जाना ते असी सौदा ला ही देना। शाबाश बलपिया, तुहाडी आज स्पीच दियां सारे नौजवान तरीफा करदे सन। जे तुहाडे वर्गी सोच इन्हां नौजवानां सारयां दी बण जे ना, तां तुहानूं ते इस कालज नूं तरक्की करन तों कोई नहीं रोक सकदा। कृपा गुरु दी। गैरी, तैनूं इक गल कहां अपने शैतानी दिमाग बारे। मेरे ते गग्गू गोंडर MLA दे वी संबंध हो सकदे आ। बाई जी जो अपने आप नूं बहुत वड्डा जसूस मानदा, बल प्यार उस दे तां परछावें नूं वी नहीं पता लगना। यही तां कमाल है, एक दिन गग्गू गोंडर वी खत्म हो जाएगा ते नाम होवेगा विक्की ठंडे वाले दा। ਬਾਈ ਪ੍ਰਧਾਨਗੀ ਲਈ ਤਾਂ ਗੱਗੂ ਗੌਂਡਰ ਬੰਬਾ ਭਾੜ ਸੀ, ਪਰ ਪੋਸਟਰ ਵਿੱਕੀ ਬਠਿੰਡੇ ਵਾਲੇ ਦਾ। ਮੈਨੂੰ ਦਾਲ 'ਚ ਕੁਝ ਕਾਲਾ ਲੱਗਦਾ ਗੁਰਮੁਖਾ। ਮੈਨੂੰ ਤਾਂ ਐਂ ਲੱਗਦਾ ਬਾਈ ਦਾਲ ਹੀ ਕਾਲੀ ਹੈ, ਕਿਤੇ ਵਿੱਕੀ ਗੱਗੂ ਨਾਲ ਮਿਲਿਆ ਹੈ ਤਾਂ ਨਹੀਂ। ਵਕਤ ਆਉਣ ਦੇ ਗੁਰਮੁਖਾ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾ। ਚਲੋ हाँ हाँ ठीक है तुसी मीटिंग फिक्स करो, मैं पहुंच जूंगा। ठीक है, सत श्री अकाल जी। सत श्री अकाल। हाँ बैठो। ਤੁਸੀਂ ਚੱਲੋ, ਮੈਂ ਦੇਖ ਲੂੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਭਾਗ ਸਾਡੇ ਜੋ ਦਰਸ਼ਨ ਹੋਏ ਤੁਹਾਡੇ। ਬਈ ਸੱਚ ਜਾਣਿਓ, ਤੁਹਾਨੂੰ ਦੇਖ ਕੇ ਦਿਲ ਬਾਗੋ ਬਾਗ ਹੋ ਗਿਆ। ਬਈ ਪਾਲੀ, ਦੁੱਧ ਲਿਆਓ ਲੈਚੀਆਂ ਪਾ ਕੇ। ਜੀ ਜੀ। ਸਰਦਾਰ ਬਲ ਪਿਆਰ ਸਿੰਘ ਤੇ ਗੁਰਮੁਖ ਸਿੰਘ ਹੁਣੀ ਆਏ ਆ। ਠੀਕ ਆ ਜੀ, ਮੈਂ ਹੁਣੇ। ਦੁੱਧ ਦੀ ਕੀ ਜ਼ਰੂਰਤ ਹੈ ਮਹਿਲੇ ਸਾਹਿਬ, ਤੁਸੀਂ ਹੁਕਮ ਕਰੋ। ਕਿਵੇਂ ਯਾਦ ਕੀਤਾ ਨਵਾਣਿਆਂ ਨੂੰ? ਉਹ ਬਈ ਬੈਠੋ ਤਾਂ ਸਹੀ, ਫਿਰ ਕਰਦੇ ਹਾਂ ਗੱਲਬਾਤ। ਆਓ ਬੈਠੋ, ਤੁਸੀਂ ਚਲੋ। ਬਈ ਮਾਣ ਵਾਲੀ ਗੱਲ ਆ, ਤੁਹਾਡੇ ਪਿਤਾ ਸਰਦਾਰ ਗੁਰਬਖਸ਼ ਸਿੰਘ ਮੇਰੇ ਪੁਰਾਣੇ ਮਿੱਤਰ ਨੇ।
ਵਧੀਆ ਦੋਸਤ ਨੇ। ਵੈਸੇ ਦੋਸਤੀ ਤੁਹਾਡੇ ਨਾਲ ਵੀ ਹੈ, ਤੁਸੀਂ ਕਿਹੜਾ ਦੁਸ਼ਮਣ ਹੋ ਕੋਈ? ਆਹ ਜਿਹੜਾ ਤੁਸੀਂ ਸਮਾਜ ਸੇਵਾ ਦਾ ਕੰਮ ਕਰਦੇ ਹੋ, ਬੜੀ ਦੂਰ ਦੂਰ ਤੱਕ ਚਰਚੇ ਆ ਇਹਦੇ। ਸੁਣ ਕੇ ਬੜਾ ਮਨ ਖੁਸ਼ ਹੁੰਦਾ ਜਦੋਂ ਤੁਹਾਡੇ ਵਰਗੇ ਚੰਗੀ ਸੋਚ ਰੱਖਦੇ। ਅਸੀਂ ਕਿਹੜਾ ਆਪਣੀ ਮਸ਼ਹੂਰੀ ਲਈ ਸਮਾਜ ਸੇਵਾ ਕਰਦੇ ਹਾਂ MLA ਸਾਹਿਬ, ਇਹ ਤਾਂ ਗੁਰੂ ਦਾ ਹੁਕਮ ਹੈ। ਗਊ ਗਰੀਬ ਦੀ ਰੱਖਿਆ ਕਰਨੀ ਅਤੇ ਲੋੜਵੰਦਾਂ ਦੀ ਸਹਾਇਤਾ ਕਰਨੀ। ਉਹ ਬਈ ਫਿਰ ਥੋੜ੍ਹੀ ਬਹੁਤੀ ਸਾਡੀ ਵੀ ਸਹਾਇਤਾ ਕਰ ਦਿਓ। ਤੁਹਾਡੀ ਸਹਾਇਤਾ? ਉਹ ਹਾਂ, ਸਾਡੀ ਸਹਾਇਤਾ। ਕਿਉਂ ਬਈ ਸਰਦਾਰਾ, ਤੁਸੀਂ ਵੀ ਇਲਾਕੇ ਦੀ ਸੇਵਾ ਕਰਦੇ ਹੋ, ਅਸੀਂ ਵੀ ਇਲਾਕੇ ਦੀ ਸੇਵਾ ਕਰਦੇ ਹਾਂ, ਕਿਉਂ ਨਾ ਇਹ ਰਲ ਕੇ ਸੇਵਾ ਕੀਤੀ ਜਾਵੇ। ਦੇਖੋ ਅੱਗੇ ਆ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ, ਆਪਣੇ ਮੁੰਡਿਆਂ ਨੂੰ ਕਹੋ ਉਹ ਮੇਰੀ ਮਦਦ ਕਰਨ। ਮੈਂ ਹਰ ਪੱਖੋਂ ਤੁਹਾਡੇ ਨਾਲ ਖੜਾਂਗਾ, ਤੁਹਾਨੂੰ ਗੱਡੀਆਂ, ਅਸਲਾ, ਪੈਸਾ ਜੋ ਚਾਹੀਦਾ ਉਹ ਮੈਂ ਦੇਵਾਂਗਾ। ਯਾਨੀ ਕਿ ਤੂੰ ਸਾਨੂੰ ਖਰੀਦਣਾ ਚਾਹੁੰਦਾ? ਤੂੰ ਚਾਹੁੰਦਾ ਅਸੀਂ ਚਾਰ ਬੰਦੇ ਖਾਤਰ ਆਪਣਾ ਜ਼ਮੀਰ ਇੱਥੇ ਰੱਖ ਦਈਏ, ਤੇਰੀ ਫੋਕੀ ਸ਼ੋਹਰਤ ਦੇ ਖਾਤਰ ਅਸੀਂ ਤੇਰੇ ਨਾਲ ਹੱਥ ਮਿਲਾ ਲਈਏ? ਇਹ ਕਦੇ ਨਹੀਂ ਹੋਣਾ, ਕਦੇ ਵੀ ਨਹੀਂ। ਇੱਥੇ ਕਾਤਲਾਂ ਦੀ ਜੁੱਤੀ 'ਚ ਕਾਨੂੰਨ ਵੱਸਦਾ ਅਤੇ ਅਸੀਂ ਹਰ ਜ਼ੁਲਮ ਕਰਨ ਵਾਲੇ ਦੇ ਖਿਲਾਫ ਹਾਂ। ਬਈ ਮੁੰਡਿਓ, ਤੁਹਾਡਾ ਖੂਨ ਬਾਹਲਾ ਤੱਤਾ ਹੈ, ਬਈ ਸੋਚ ਲਿਓ, ਵਿਚਾਰ ਕਰ ਲਿਓ। ਸਤਿ ਸ਼੍ਰੀ ਅਕਾਲ। ਪਾਲੀ, ਇਹ ਮੁੰਡੇ ਤਾਂ ਮੇਰੀ ਸੋਚ ਤੋਂ ਪਰੇ ਨਿਕਲੇ। ਪਰ ਸਾਹਿਬ ਜੀ, ਜਿਹੜੀ ਗੱਲ ਤੁਸੀਂ ਗੱਡੀ 'ਤੇ ਅਸਲੇ ਵਾਲੀ ਕਰੀ ਹੈ ਨਾ, ਉਹਦੇ ਬਾਰੇ ਮੁੰਡੇ ਸੋਚਣਗੇ ਜ਼ਰੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਲ ਪਿਆਰ, ਮੈਂ ਤੁਹਾਡੇ ਬਾਰੇ ਬਹੁਤ ਸੁਣਿਆ, ਤੂੰ ਬਹੁਤ ਸੋਹਣਾ ਕੰਮ ਕਰ ਰਿਹਾ। ਉਸ ਵਾਹਿਗੁਰੂ ਦੀ ਕਿਰਪਾ ਹੈ ਮਾਤਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਰੀ ਹਿੰਮਤ ਕਿਵੇਂ ਹੋਈ ਮੇਰਾ ਹੱਥ ਫੜਨ ਦੀ? ਛੱਡ ਮੇਰਾ ਹੱਥ, ਤੂੰ ਜਾਣਦਾ ਨਹੀਂ ਕਿ ਮੈਂ ਕੌਣ ਹਾਂ। ਮੈਂ ਕਿਹਾ ਮੇਰਾ ਹੱਥ ਛੱਡ। ਕਮਾਲ ਹੋ ਗਈ, ਉਹ ਗੱਗੂ ਗੌਂਡਰ ਤਾਂ ਜਿਹੜੀ ਚੀਜ਼ ਨੂੰ ਇੱਕ ਵਾਰੀ ਫੜ ਲੈਂਦਾ ਮੁੜ ਕੇ ਸਾਰੀ ਉਮਰ ਨਹੀਂ ਛੱਡਦਾ। ਤੈਨੂੰ ਤਾਂ ਬਹੁਤ ਸਮਾਂ ਪਹਿਲਾਂ ਹੀ ਫੜ ਲੈਣਾ ਚਾਹੀਦਾ ਸੀ, ਪਰ ਮੇਰੀ ਨਿਗਾਹੀ ਹੁਣ ਪਈ ਆ। ਮੇਰਾ ਹੱਥ ਛੱਡ ਦੇ, ਮੈਂ ਤੈਨੂੰ ਇੱਕ ਵਾਰੀ ਕਹਿ ਰਹੀ ਹਾਂ। ਓਏ, ਤੂੰ ਮੇਰੇ ਰਸਤੇ 'ਚੋਂ ਹਟ ਜਾ। ਗੱਗੂ, ਅਸੀਂ ਤੇਰੇ ਰਸਤੇ 'ਚ ਨਹੀਂ ਆਏ, ਤੂੰ ਸਾਡੇ ਰਸਤੇ 'ਚ ਆਇਆ। ਤੈਨੂੰ ਪਤਾ ਪਹਿਲਾਂ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ, ਪਰ ਜਦ ਗੱਲ ਇੱਜ਼ਤ 'ਤੇ ਆ ਜਾਵੇ ਅਸੀਂ ਪਿੱਛੇ ਨਹੀਂ ਹਟਦੇ। ਮੈਂ ਕਹਿੰਦਾ ਹੱਥ ਛੱਡ ਦੇ ਮੇਰਾ, ਨਹੀਂ ਤਾਂ ਬਹੁਤ ਬੁਰੀ ਹੋਊਗੀ। ਇਹਨਾਂ ਹੱਥਾਂ ਨੂੰ ਤੋੜ ਤਾਂ ਸਕਦਾ ਪਰ ਛੁੜਾ ਨਹੀਂ ਸਕਦਾ। ਰੱਬ ਨੇ ਸਾਰੀ ਤਾਕਤ ਇਹਨਾਂ ਹੱਥਾਂ 'ਚ ਦਿੱਤੀ ਹੈ। ਲੈ ਵੀ ਮਿੱਤਰਾ, ਤੇਰਾ ਇਹ ਸ਼ੌਕ ਵੀ ਪੂਰਾ ਕਰ ਦਿੰਦੇ ਹਾਂ। ਹੈਲੋ, ਮੈਂ ਗੱਗੂ ਬੋਲਦਾ, ਕਮਾਲ ਲੈ ਕੇ ਜਲਦੀ ਆ ਜਾ।
ਪਾਰਟੀ ਮੇਰੇ ਕੋਲ ਬੈਠੀ ਹੈ। ਮੈਨੂੰ ਬੇਬੂ ਦੀ ਆਵਾਜ਼ ਤਾਂ ਲੱਗਦੀ ਨਹੀਂ। ਮੇਰਾ ਨਾ ਗਲਾ ਖਰਾਬ ਹੋਇਆ ਹੈ, ਮੈਂ ਜ਼ਿਆਦਾ ਬੋਲ ਨਹੀਂ ਸਕਦਾ। ਤੂੰ ਫਟਾਫਟ ਮੋਟਰ ਚੁੱਕ ਕੇ ਜਲਦੀ ਇੱਥੇ ਆ ਜਾ, 5 ਮਿੰਟਾਂ ਦੇ ਵਿੱਚ। ਚੰਗਾ, ਚੱਲ ਆ ਗਿਆ। ਹੈਲੋ ਹੈਲੋ, ਸਰਦਾਰ ਗੁਰਦੱਤ ਸਿੰਘ ਜੀ, ਗੁਰਮੁਖ ਬੋਲ ਰਿਹਾ। ਹਾਂਜੀ ਗੁਰਮੁਖ ਸਿੰਘ ਜੀ, ਮੇਰੀ ਗੱਲ ਧਿਆਨ ਨਾਲ ਸੁਣੋ। ਗੱਗੂ ਗੌਂਡਰ ਸਾਡੇ ਕਬਜ਼ੇ 'ਚ ਹੈ ਅਤੇ ਤੁਹਾਡਾ ਚਹੇਤਾ ਵਿੰਗੀ ਬਠਿੰਡੇ ਵਾਲਾ ਵੀ। ਗੱਗੂ ਗੌਂਡਰ ਨੇ ਇਹ ਗੱਲ ਇਕਲਾਹ ਕਰ ਦਿੱਤੀ ਹੈ ਕਿ ਉਹ ਤੁਹਾਡਾ ਮਾਲ ਵੇਚਦਾ। ਗੱਲ ਤਾਂ ਸੁਣ ਗੁਰਮੁਖ, ਆਪਾਂ ਬੈਠ ਕੇ ਗੱਲ ਕਰ ਲਾਂਗੇ। ਕਿੰਦੇ ਦਾ ਜਿਹੜਾ ਕਤਲ ਹੈ ਉਹ ਤੁਹਾਡੇ ਘਰ ਹੋਇਆ ਜਾਂ ਤੁਸੀਂ ਕੀਤਾ, ਉਸਦੀ ਰਿਕਾਰਡਿੰਗ ਸਾਡੇ ਕੋਲ ਪਈ ਹੈ ਅਤੇ ਗੱਗੂ ਗੌਂਡਰ ਵੀ ਸਾਡੇ ਕੋਲ ਹੈ, ਅਤੇ ਹੁਣ ਤੁਹਾਨੂੰ ਇਸ ਦੀ ਸਜ਼ਾ ਤੋਂ ਕੋਈ ਨਹੀਂ ਬਚਾ ਸਕਦਾ। ਯਾਰ ਮੈਂ ਤੇਰੇ ਨਾਲ, ਹੈਲੋ ਹੈਲੋ, ਯਾਰ ਗੱਗੂ ਗੌਂਡਰ ਵਰਗੇ ਇੰਨੇ ਕਮੀਨੇ ਇਨਸਾਨ ਨਿਕਲਣਗੇ, ਮੈਂ ਸੱਚੀ ਨਹੀਂ ਸੀ ਸੋਚਿਆ। ਮੈਂ ਤਾਂ ਸਮਝਦੀ ਸੀ ਕਿ ਉਹ ਐਡਵਾਂਸ ਨੇ, ਪਰ ਉਹ ਇੰਨੇ ਹਵਸ ਦੇ ਭੁੱਖੇ ਹੋਣਗੇ, ਇਹ ਤਾਂ ਮੇਰੇ ਦਿਮਾਗ 'ਚ ਵੀ ਨਹੀਂ ਸੀ। ਮਤਲਬ ਉਹਦੀ ਇੰਨੀ ਹਿੰਮਤ ਕਿ ਉਹਨੇ ਮੇਰਾ ਗੁੱਟ ਫੜਿਆ। ਜੋ ਵੀ ਹੈ ਯਾਰ, ਪਤਾ ਹੈ ਉਹਨਾਂ ਨੇ, ਜਿਨ੍ਹਾਂ ਨੇ ਮੇਰੀ ਜਾਨ ਬਚਾਈ, I like him. ਕੋਈ ਈਗੋ ਨਹੀਂ, ਕੋਈ ਐਟੀਟਿਊਡ ਨਹੀਂ, ਨਥਿੰਗ ਐਲਸ, I like him. ਰੀਅਲੀ ਨਾਈਸ ਨਾ, ਹੈ ਨਾ? ਕੀ ਗੱਲ ਸਾਹਿਬ ਜੀ, ਬੜੇ ਦਾਸ ਕੇ ਬੈਠੇ ਹੋ। ਪਾਲੀ ਯਾਰ, ਮੇਰੀ ਜਾਨ ਕੜਿੱਕੀ ਚ ਫਸ ਗਈ। ਬਲ ਪਿਆਰ ਸਿੰਘ ਬੜਾ ਜਿੱਦੀ ਇਨਸਾਨ ਹੈ, ਉੱਤੋਂ ਗੱਗੂ ਨੇ ਸਭ ਕੁਛ ਸੱਚ ਸੱਚ ਦੱਸਤਾ। ਬਲ ਪਿਆਰ ਸਿੰਘ ਕੋਲੇ ਸਭ ਕੁਛ ਰਿਕਾਰਡਿੰਗ ਕਰਾਤਾ। ਮੈਂ ਗੱਗੂ ਲਈ ਕੀ ਨਹੀਂ ਕੀਤਾ, ਗੱਡੀਆਂ ਦਿੱਤੀਆਂ, ਪੈਸਾ ਦਿੱਤਾ, ਸਭ ਕੁਛ ਕੀਤਾ ਉਹਦੇ ਲਈ, ਅਸਲਾ ਦਿੱਤਾ, ਕੀ ਨਹੀਂ ਕੀਤਾ, ਪਰ ਉਹਨੇ ਸਭ ਕੁਛ ਮੇਰੇ ਖਿਲਾਫ ਵਖਤਾ। ਪਰ ਸਾਹਿਬ ਜੀ, ਇੱਕ ਆਈਡੀਆ ਹੈ ਮੇਰੇ ਕੋਲੇ, ਜੇ ਤੁਸੀਂ ਬੁਰਾ ਨਾ ਮੰਨੋ ਤਾਂ। ਦੱਸ ਯਾਰ। ਇਸ ਵਾਰ ਦੀਆਂ ਚੋਣਾਂ ਵਿੱਚ ਹਾਈ ਕਮਾਂਡ ਤੋਂ ਇਜਾਜ਼ਤ ਲੈ ਕੇ MLA ਦੀ ਸੀਟ ਬਲ ਪਿਆਰ ਨੂੰ ਦਿਓ। ਸੱਪ ਵੀ ਮਰ ਜੂ ਤੇ ਸੋਟੀ ਵੀ ਬਚ ਜੂ, ਲੋਕਾਂ ਵਿੱਚ ਤੁਹਾਡੀ ਬੱਲੇ ਬੱਲੇ ਹੋ ਜੂ ਤੇ ਤੁਹਾਡੀ ਲੋਕ ਸਭਾ ਦੀ ਟਿਕਟ ਵੀ ਪੱਕੀ ਹੋ ਜੂ। ਪਾਲੀ, ਅੱਜ ਤੱਕ ਤਾਂ ਤੂੰ ਮੇਰੇ ਕਿਸੇ ਕੰਮ ਆਇਆ ਜੀ? ਆਹ ਤੂੰ ਕੰਮ ਦੀ ਗੱਲ ਕੀਤੀ ਜੀ, ਇਹ ਹੋ ਸਕਦਾ ਇਸ ਤਰ੍ਹਾਂ ਆਪਾਂ ਉਹਨਾਂ ਨੂੰ ਆਪਣੇ ਹੱਥ 'ਚ ਲੈ ਸਕਦੇ ਹਾਂ, ਇਸ ਤਰ੍ਹਾਂ ਉਹ ਮੇਰੇ ਹੱਥ 'ਚ ਖੜ ਜਾਣਗੇ ਤੇ ਮੇਰਾ ਬਚਾਅ ਵੀ ਹੋ ਜੂਗਾ, ਨਹੀਂ ਤਾਂ ਮੈਨੂੰ ਕੋਈ ਨਹੀਂ ਬਚਾ ਸਕਦਾ। ਮੈਨੂੰ ਸਜ਼ਾ ਯਕੀਨੀ ਹੈ, ਤੂੰ ਕਿਸੇ ਤਰ੍ਹਾਂ ਪਲੈਨਿੰਗ ਕਰ ਜੀ, ਆਪਾਂ ਇਹ ਕੰਮ ਕਰ ਦਈਏ। ਮੈਂ ਪੂਰੀ ਕੋਸ਼ਿਸ਼ ਕਰਦਾ ਜੀ।
ਸਤਿ ਸ੍ਰੀ ਅਕਾਲ ਮੈਨ ਸਾਹਿਬ। ਸਰਦਾਰ ਸਾਹਿਬ ਕੀ ਹਾਲ ਆ? ਬੈਠਾ ਹੋਰ ਸੁਣਾਓ। ਗੁਰਬਖਸ਼ ਸਿੰਘ ਜੀ ਬਸ ਤੁਹਾਡੇ ਦਰਸ਼ਨ ਕਰਨ ਆਏ ਸੀ। ਦਰਅਸਲ ਬਲ ਪਿਆਰ ਹੁਣਾਂ ਦੇ ਗੱਗੂ ਕਬਜ਼ੇ 'ਚ ਆ ਅਤੇ ਉਹਨਾਂ ਕੋਲ ਰਿਕਾਰਡਿੰਗ ਵੀ ਆ। ਜੇ ਉਹ ਰਿਕਾਰਡਿੰਗ ਉਹਨਾਂ ਨੇ ਪ੍ਰੈਸ ਨੂੰ ਦੇਤੀ ਅਤੇ ਸਭ ਕੁਝ ਸੱਚ ਦੱਸਤਾ ਤਾਂ ਮੈਨੂੰ ਸਜ਼ਾ ਯਕੀਨੀ ਹੈ। ਮੈਨੂੰ ਪਤਾ ਤੁਹਾਡਾ ਪਰਿਵਾਰ ਅਣਖੀ ਹੈ ਅਤੇ ਸਮਾਜ ਸੇਵੀ ਹੈ ਅਤੇ ਮੈਨੂੰ ਪਤਾ ਤੁਸੀਂ ਮੈਨੂੰ ਜ਼ਰੂਰ ਮਾਫ਼ ਕਰੋਗੇ। ਕੋਈ ਗੱਲ ਨਹੀਂ, ਮੈਂ ਬਲ ਪਿਆਰ ਨਾਲ ਗੱਲ ਕਰਾਂਗਾ। ਮੈਨੂੰ ਤੁਹਾਡੇ ਤੋਂ ਹੀ ਮੀ ਸੀ। ਅੱਛਾ ਜੀ, ਹੁਣ ਮੈਨੂੰ ਇਜਾਜ਼ਤ ਦਿਓ। ਚਾਹ ਪੀ ਕੇ ਜਾਇਓ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਾਈ ਜੀ, ਅਸੀਂ ਸਾਰੇ ਕਾਲਜ ਨੇ ਇੱਕ ਫੈਸਲਾ ਲਿਆ। ਕਿਹੜਾ ਫੈਸਲਾ? ਤੁਹਾਨੂੰ ਪ੍ਰਧਾਨ ਗੁਰਮੁਖ ਸਿੰਘ ਨੂੰ ਜਨਰਲ ਸਕੱਤਰ ਬਣਾਉਣ ਦਾ। ਪਰ ਇਹ ਸੁਝਾਅ ਦਿੱਤਾ ਕਿਸਨੇ ਹੈ? ਸਰਦਾਰਨੀ ਪ੍ਰਨੀਤ ਕੌਰ ਨੇ। ਸਰਦਾਰਨੀ ਪ੍ਰਨੀਤ ਕੌਰ, ਇਹ ਕੌਣ? ਅਤੇ ਇੱਕ ਫੈਸਲਾ ਬਲ ਪਿਆਰ ਸਿੰਘ ਦਾ ਵੀ ਸੁਣੋ। ਇਸ ਵਾਰ ਕਾਲਜ ਦੀ ਰੀਤ ਬਦਲੇਗੀ। ਇਸ ਵਾਰ ਕਾਲਜ ਦਾ ਪ੍ਰਧਾਨ ਇੱਕ ਮੁੰਡਾ ਨਹੀਂ, ਇੱਕ ਕੁੜੀ ਹੋਵੇਗੀ, ਅਤੇ ਉਹ ਵੀ ਸਰਦਾਰਨੀ ਪ੍ਰਨੀਤ ਕੌਰ। ਹੁਣ ਤਾਂ ਇਸ ਨੇ ਕੇਸਕੀ ਵੀ ਸਜਾ ਲਈ ਹੈ ਅਤੇ ਸਿੰਘ ਕਮਾਂਡ ਚੰਗੀ ਤਰ੍ਹਾਂ ਸੰਭਾਲਣੀ ਜਾਣਦੇ ਆ। ਰੁਕੋ, ਇੱਕ ਫੈਸਲਾ ਅਸੀਂ ਵੀ ਕੀਤਾ। ਮੈਂ ਹਾਈ ਕਮਾਂਡ ਤੋਂ MLA ਦੀ ਟਿਕਟ ਬਲ ਪਿਆਰ ਸਿੰਘ ਲਈ ਲੈ ਕੇ ਆਇਆ। MLA ਦੀ ਟਿਕਟ ਮੇਰੀ ਝੋਲੀ 'ਚ? ਬਾਈ, ਇਹਦੀ ਕੋਈ ਨਵੀਂ ਚਾਲ ਤਾਂ ਨਹੀਂ? ਇੱਕ ਵਾਰ ਸੋਚ ਲਓ। ਅਚਾਨਕ ਇਹ ਫੈਸਲਾ, ਗੱਲ ਸਮਝ ਨਹੀਂ ਆਈ। MLA ਸਾਹਿਬ, ਅਸੀਂ ਤੇਰੇ 'ਤੇ ਇੰਨੀ ਛੇਤੀ ਯਕੀਨ ਕਿਵੇਂ ਕਰ ਲਈਏ? ਉਹ ਇੱਕ ਵਾਰੀ ਵਿਸ਼ਵਾਸ ਕਰਕੇ ਤਾਂ ਦੇਖੋ। ਠੀਕ ਹੈ MLA ਸਾਹਿਬ, ਸਾਨੂੰ ਤੁਹਾਡਾ ਫੈਸਲਾ ਮਨਜ਼ੂਰ ਹੈ, ਅਸੀਂ ਤੁਹਾਡੇ 'ਤੇ ਵਿਸ਼ਵਾਸ ਕਰਦੇ ਹਾਂ। ਮੈਂ ਕਿਹਾ ਸੀ ਨਾ ਸਾਹਿਬ ਜੀ, ਮੁੰਡੇ ਬੜੇ ਦੂਰ ਅੰਦੇਸ਼ੀ ਨੇ, ਆਪਣੀ ਗੱਲ ਮੰਨ ਹੀ ਲੈਣਗੇ। ਬਲ ਪਿਆਰ ਜੀ, ਗੁਰਮੁਖ ਸਿੰਘ ਜੀ, ਤੁਹਾਨੂੰ ਲੱਖ ਲੱਖ ਵਧਾਈ ਹੋਵੇ। ਸ਼ਾਬਾਸ਼ ਬਲ ਪਿਆਰ ਸਿੰਘ, ਸਾਨੂੰ ਮਾਣ ਹੈ ਤੁਹਾਡੇ 'ਤੇ। MLA ਸਾਹਿਬ, ਤੁਸੀਂ ਵੀ ਸ਼ਾਨਦਾਰ ਕੰਮ ਕੀਤਾ। ਸੱਚ ਕਿਹਾ ਹੈ ਕਿਸੇ ਨੇ, ਗਿਰਗਿਟ ਵਾਂਗੂ ਰੰਗ ਬਦਲਦੀ ਦੇਖ ਸਿਆਸਤ ਓਏ, ਚੇਤੇ ਰੱਖੀ ਭੁੱਲ ਨਾ ਜਾਈ ਤੂੰ ਵਿਰਾਸਤ ਓਏ। ਦੋਸਤੋ, ਗਿਰਗਿਟ ਤਾਂ ਤੁਸੀਂ ਵੇਖੀ ਹੋਵੇਗੀ, ਸ਼ਾਇਦ ਕਿਸੇ ਨੇ ਨਾ ਵੀ ਦੇਖੀ ਹੋਵੇ, ਪਰ ਸਿਆਸੀ ਲੋਕ ਤਾਂ ਤੁਸੀਂ ਵੇਖੇ ਆ ਨਾ, ਇਹ ਵੀ ਗਿਰਗਿਟ ਵਾਂਗੂ ਮੌਕਾ ਦੇਖ ਕੇ ਆਪਣਾ ਰੰਗ ਬਦਲ ਜਾਂਦੇ ਨੇ। ਬਲ ਪਿਆਰ ਸਿੰਘ ਇਹ ਸਭ ਕੁਝ ਜਾਣਦਾ ਸੀ, ਇਸ ਲਈ ਉਹਨੇ ਇਲਾਕੇ ਦਾ ਭਲਾ ਸੋਚਦਿਆਂ ਇੱਕ ਵਾਰ MLA ਵੱਲੋਂ ਦਿੱਤੀ ਹੋਈ ਸਿਆਸਤ ਦੀ ਪਦਵੀ ਨੂੰ ਸਵੀਕਾਰਿਆ ਅਤੇ ਇਲਾਕੇ ਦਾ ਬਹੁਤ ਵੱਡਾ ਭਲਾ ਕੀਤਾ। ਪਰ ਸਮਾਂ ਪਾ ਕੇ ਆਪਣੇ ਸੁਭਾਅ ਦੇ ਮੁਤਾਬਕ, ਆਪਣੀ ਪੜ੍ਹਾਈ ਦੇ ਆਧਾਰ 'ਤੇ ਜਿਸ ਵਿੱਦਿਅਕ ਅਦਾਰੇ ਵਿੱਚੋਂ ਉਹ ਪੜ੍ਹਿਆ, ਉਸੇ ਵਿੱਦਿਅਕ ਅਦਾਰੇ ਵਿੱਚ ਮੁਖੀ ਵਜੋਂ ਅਹੁਦਾ ਸੰਭਾਲਦਿਆਂ ਹਜ਼ਾਰਾਂ ਬੱਚਿਆਂ ਦੇ ਭਵਿੱਖ ਨੂੰ ਉਸਨੇ ਰੁਸ਼ਨਾਇਆ, ਉਹਨਾਂ ਦਾ ਚਾਨਣ ਮਨਾਰਾ ਬਣਿਆ। ਆਓ ਆਪਣੇ ਗੌਰਵਮਈ ਵਿਰਸੇ 'ਤੇ ਮਾਣ ਕਰੀਏ ਅਤੇ ਆਪਣੇ ਚੰਗੇ ਕਿਰਦਾਰ ਦੁਆਰਾ ਇਸ ਨੂੰ ਸੰਸਾਰ ਦੇ ਕੋਨੇ ਕੋਨੇ ਵਿੱਚ ਲੈ ਕੇ ਜਾਈਏ।